ਅਸਲ ਕਬਾਲ ਜਿਹੜਾ ਉਹਦਾ ਮੁੰਡਾ ਸਾਡੀ ਕਲਾਸ ਹੀ ਆਇਆ। ਅਸਲ ਕਬਾਲ ਦਾ ਮੁੰਡਾ ਸਾਡੀ ਕਲਾਸ ਹੀ ਆਇਆ। ਅਸੀਂ ਡੈਸਕ ਤੇ ਬੈਠੇ ਆ, ਕਲਾਸ ਕਰਨ ਨੂੰ ਦਿਲ ਬੰਦੇ ਕਿ ਨਹੀਂ? ਅਸੀਂ ਨਹੀਂ ਕਲਾਸ ਕਰ ਰਹੇ। ਸਾਡੇ ਕਮਰੇ ਚ ਆਇਆ, ਮੈਂ ਨਹੀਂ ਕਲਾਸ ਸਟੈਂਡ ਹੋਇਆ, ਮੈਨੂੰ ਆਉਂਦਾ ਕੱਖ ਨਹੀਂ ਹੋਇਆ। ਮੈਂ ਤੁਸੀਂ ਬੜੇ ਵੱਡੇ ਧੀ ਦੇ ਗਰਦਾਰ। ਫਿਰ ਪਰਤ ਕੇ ਨਾ ਡੈਕਸ, ਅਗਲੇ ਡੈਕਸ ਤੇ ਗਿਆ। ਮੁੰਡੇ ਵੱਲ ਪੁੱਛਦਾ ਤੁਸੀਂ ਕੀ ਬਣਨਾ? ਕਿਸੇ ਨੇ ਆਖਿਆ ਡਾਕਟਰ, ਕਿਸੇ ਨੇ ਆਖਿਆ ਇੰਜੀਨੀਅਰ, ਕਿਸੇ ਨੇ ਆਖਿਆ ਕੁਛ ਬਣਨਾ, ਕਿਸੇ ਨੇ ਆਖਿਆ ਕੁਛ। ਅਸੀਂ ਆਖਿਆ ਅਸੀਂ ਖਾਦਮ ਹੁਸੈਨ ਰਜ਼ਵੀ ਦੇ ਸਕਿਉਰਟੀ ਗਾਰਡ ਬਣਨਾ। ਸਾਰੀ ਜ਼ਿੰਦਗੀ ਖਾਦਮ ਹੁਸੈਨ ਰਜ਼ਵੀ ਨੇ ਹਜ਼ੂਰ ਦੇ ਟੀਮ ਦੀ ਪੈਰਵਾਈ ਕੀਤੀ। ਅੱਜ ਕੱਲ ਮੌਲ ਵੀ ਜਿਹੜੇ ਨੇ ਉਹਦੇ ਹੀ ਨੀ ਹਜ਼ੂਰ ਦੇ ਜੀਣ ਵਾਸਤੇ। ਉੱਥੇ ਆਣ ਕੇ ਪੁੱਛ ਲੋ, ਤੁਸੀਂ ਜਿਹੜੇ ਵਰਗੇ ਮਰਜ਼ੀ ਆਓ ਉੱਥੇ ਆਣ ਕੇ ਪੁੱਛ ਸਕਦੇ ਹੋ। ਆਸਲ ਕਬਾਲ ਦੇ ਮੁੰਡੇ ਦਾ ਮੂੰਹ ਭੰਨ ਛੜਿਆ, ਐਵੇਂ ਕਿ ਜਿਹਨੇ ਦਾ ਦੂਜਾ ਜਿਨ ਉਹਦਾ ਮੂੰਹ ਅਸੀਂ ਭੰਨਿਆ। ਉਹ ਗੱਲ ਕਰੇ ਕੋਈ ਗੱਲ ਹਜ਼ੂਰ ਦੇ ਜੀਣ ਵਾਸਤੇ ਕਰੇ, ਉਹ ਬੜੇ ਵੱਡੇ ਦੀਨ ਦੇ ਗਰਦਾਰ ਜੇ, ਇਹ ਮੇਰੀ ਗੱਲ ਸਮਝਿਓ। ਬਸ ਸਾਡੀ ਗੱਲ ਖਤਮ ਹੋ ਗਈ।